ਦਾ ਐਨਾਲਾਈਟ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਜੂਨ ਦੇ ਵਿੱਚ ਹੋਣ ਵਾਲੇ ਓਨਟਾਰੀਓ ਚੋਣਾਂ ਦੇ ਲਈ ਸਾਰੀ ਪਾਰਟੀਆਂ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ 'ਚ ਰੁੱਝੀਆਂ ਹੋਈਆਂ ਹਨ। ਉੱਤੇ ਹੀ ਦੂਜੇ ਪਾਸੇ ਓਨਟਾਰੀਓ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਐਲਾਨ ਕੀਤਾ ਹੈ ਕਿ ਜੇਕਰ ਉਹ ਜੂਨ ਮਹੀਨੇ 'ਚ ਹੋਣ ਵਾਲੀਆਂ ਸੂਬਾ ਚੋਣਾਂ 'ਚ ਜਿੱਤ ਹਾਸਲ ਕਰ ਲੈਂਦੇ ਹਨ ਤਾਂ 4500 ਨਵੀਆਂ ਨਰਸਾਂ ਦੀ ਭਰਤੀ ਕਰਨਗੇ। ਐਨਡੀਪੀ ਆਗੂ ਐਂਡਰੀਆ ਹੋਰਵਤ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਜੇਕਰ ਐਨਡੀਪੀ ਸਰਕਾਰ ਬਣਦੀ ਹੈ ਤਾਂ ਹਸਪਤਾਲਾਂ 'ਚ ਭੀੜ ਭੜਾਕਾ ਖਤਮ ਕਰਨ ਲਈ ਉਹ ਹਸਪਤਾਲਾਂ 'ਚ ਨਵੇਂ 2000 ਬੈੱਡ ਲਗਾਵੇ। ਹੋਰਵਤ ਨੇ ਪਿਛਲੀਆਂ ਸਰਕਾਰਾਂ 'ਤੇ ਹਮਲਾ ਕਰਦੇ ਹੋਏ ਕਿਹਾ ਹੈ ਕਿ ਇਹ ਸਮੱਸਿਆ ਪਿਛਲੀਆਂ ਪਾਰਟੀਆਂ ਵੱਲੋਂ ਇਸ ਪਾਸੇ ਪੂਰੇ ਫੰਡ ਨਾ ਦੇਣ ਕਾਰਨ ਹੋਇਆ ਹੈ। ਉਹਨਾਂ ਨੇ ਕਿਹਾ ਹੈ ਕਿ ਓਨਟਾਰੀਓ ਵਾਸੀਆਂ ਨੂੰ ਆਪਣੇ ਹੈਲਥ ਕੇਅਰ ਸਿਸਟਮ 'ਤੇ ਮਾਣ ਹੋਣਾ ਚਾਹੀਦਾ ਹੈ ਅਤੇ ਉਹ ਇਸ ਟੀਚੇ ਨੂੰ ਪੂਰਾ ਕਰਨ ਲਈ ਇਸ ਵਾਰ ਦੀਆਂ ਚੋਣਾਂ ਲੜਨਗੇ। ਬਿਊਰੋ ਰਿਪੋਰਟ, ਦਾ ਐਨ ਆਰ ਆਈ।